नानक साहब महाराज जी ने मानवता की इंसानियत की गल की ना कि मजहब की गल। गुरु नानक साहब जी ने रोकने के लिए यूरोप के पॉप न उतों की इटालियन भाषा च गल की। मंजिल मिलेगी यह फैले उन्होंने पंख बोलते ने अक्सर उही लोग रहते ने खामोश जमाने जिन्हों के हुनर बोल। सत श्री अकाल जी दर्शकों, तुहाडा स्वागत है। अज असीं तुहानूं मिलाण जा रहे हैं एक महान शख्सियत, एक उच्च किरदार नाल जिन्हों सुन के तुहाडा मन खुद कहेगा कि वाजी वाह, ऐ हुंदी आ हिस्टरी किन्हां दी, मैं तुहानूं दस्सांगा। सुनो, परिंदियां नूं मंजिल मिलेगी यह फैले उन्हां दे पंख बोलदे ने, परिंदियां नूं मंजिल मिलेगी यह फैले उन्हां दे पंख बोलदे ने अक्सर उही लोग रहिंदे ने खामोश जमाने विच जिन्हां दे हुनर बोलदे ने। गल किन्हां दी, वक्त खामोश नहीं मोहन सी, लोकां नूं अज समझ आया कि सरदार कौन सी। आओ जी, तुहानूं लैके जा रहे हां असीं मिलवाउण ज्ञानी सुच्चा सिंह जी अरनों। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗਿਆਨੀ ਜੀ, ਤੁਸੀਂ ਇੱਥੇ ਆਏ, ਬਹੁਤ ਧੰਨਵਾਦ ਤੁਹਾਡਾ। ਅਤੇ ਅੱਜ ਗਿਆਨੀ ਜੀ ਆਪਾਂ ਗੱਲ ਕਰਾਂਗੇ, ਇੱਕ ਦਿਨ ਪਹਿਲਾਂ ਅਸੀਂ ਤੁਹਾਡਾ ਪ੍ਰੋਗਰਾਮ ਦੇਖਿਆ ਸੀ, ਉਹਦੇ 'ਚ ਕਾਫੀ ਅਸੀਂ ਬਹੁਤ ਮਤਲਬ ਅਟਰੈਕਸ਼ਨ ਹੋਈ, ਸਾਡਾ ਜੀ ਨਹੀਂ ਕੀਤਾ ਵੀਡੀਓ ਕਰਨ ਨੂੰ, ਅਸੀਂ ਤੁਹਾਨੂੰ ਸੁਣਦੇ ਹੀ ਰਹਿ ਗਏ ਜੀ। ਇੱਦਾਂ ਹੀ ਅੱਜ ਸਾਡੇ ਦਰਸ਼ਕ ਨੇ ਖਾਸ ਕਰਕੇ ਆਪਣੇ ਪੰਜਾਬ 'ਚ ਜਾਂ ਆਲ ਓਵਰ ਵਰਲਡ 'ਚ ਜਿੱਥੇ ਨਾਮ ਸਿੰਘ ਲੱਗਦਾ ਔਰ ਸਿਰ 'ਤੇ ਕੇਸ ਨਹੀਂ ਹੁੰਦੇ, ਉਹਨਾਂ 'ਚੋਂ ਆਪਾਂ ਬਾਈ ਜੀ ਸ਼ੁਰੂ ਕਰਾਂਗੇ ਜਿੱਥੋਂ ਆਪਣਾ ਇਤਿਹਾਸ ਸ਼ੁਰੂ ਹੋਇਆ, ਗੁਰੂ ਨਾਨਕ ਦੇਵ ਜੀ ਤੋਂ। ਗੁਰੂ ਨਾਨਕ ਦੇਵ ਜੀ ਦੀਆਂ ਕੁਛ ਐਸੀਆਂ ਚੀਜ਼ਾਂ ਨੇ, ਕੁਛ ਐਸੀਆਂ ਯਾਤਰਾਵਾਂ ਨੇ, ਪੰਜ ਉਦਾਸੀਆਂ ਨੂੰ ਸਭ ਨੂੰ ਜਾਣਦੇ ਜੀ, ਮੋਸਟਲੀ ਪੁਰਾਣੇ ਬੰਦਿਆਂ ਨੂੰ ਜੀ, ਨਵਿਆਂ 'ਚ ਨਹੀਂ। ਗੁਰੂ ਨਾਨਕ ਦੇਵ ਜੀ ਨੇ ਜਿਵੇਂ ਵਿਦੇਸ਼ ਦੀਆਂ ਕੁਛ ਯਾਤਰਾ ਸੀਗੀਆਂ ਜੀ, ਜਿਹੜੀਆਂ ਹੁਣ ਜਾ ਕੇ ਮਤਲਬ ਫੈਕਟ ਹੋਈਆਂ ਨੇ ਕਿ ਹੈਗੀਆਂ ਨੇ, ਹੁਣ ਉਹਨਾਂ ਦਾ ਪ੍ਰੂਫ ਹੈ, ਤੁਸੀਂ ਸਾਨੂੰ ਉਹਦੇ ਬਾਰੇ ਕੁਛ ਚਾਹ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਧੰਨਵਾਦੀ ਹਾਂ ਵੀਰ ਸਿੰਘ ਜੀ। ਗੱਲ ਇਹ ਹੈ ਕਿ ਜਿਹੜੇ ਸਾਡੇ ਯੰਗਸਟਰ ਹਨ ਉਹ ਪੱਤਰਕਾਰੀ ਵਿੱਚ ਅੱਗੇ ਆ ਰਹੇ ਨੇ, ਮੇਰਾ ਲੈਕਚਰ ਵੀ ਇਹੀ ਸੀਗਾ ਕਿ ਸਾਨੂੰ ਪੰਜਾਬੀਆਂ ਨੂੰ ਪੱਤਰਕਾਰੀ ਵਿੱਚ ਔਰ ਹਰ ਇੱਕ ਫੀਲਡ ਵਿੱਚ ਅੱਗੇ ਆਉਣ ਦੀ ਲੋੜ ਹੈ, ਚਾਹੇ ਉਹ ਸਪੋਰਟਸ ਹੋਵੇ, ਚਾਹੇ ਉਹ ਗੌਰਮੈਂਟ ਅਦਾਰੇ ਹੋਣ। ਸੋ ਮੈਂ ਬਹੁਤ ਖੁਸ਼ ਹੋਇਆ ਔਰ ਵੀਰ ਜੀ ਉਹਨਾਂ ਨੇ ਮੈਨੂੰ ਸਪੈਸ਼ਲੀ ਇਨਵਾਈਟ ਕੀਤਾ ਹੈ, ਔਰ ਆਈ ਥਿੰਕ ਮੇਰਾ ਖਿਆਲ ਹੈ ਵੀ ਪਹਿਲੀ ਵਾਰ ਪੰਜਾਬ ਦੇ ਅੰਦਰ ਜਿਹੜੀ ਹੈ ਉਹ ਇੰਟਰਵਿਊ ਹੋ ਰਹੀ ਹੈ ਪੰਜਾਬ ਵਿੱਚ, ਕਿਉਂਕਿ ਮੈਂ ਜ਼ਿਆਦਾਤਰ ਦਿੱਲੀ ਤੋਂ ਬਾਹਰਲੀਆਂ ਸਟੇਟਾਂ ਵਿੱਚ ਰਹਿੰਦਾ ਜਾਂ ਇਹ ਏਸ਼ੀਆ ਵਿੱਚ ਜਾਂ ਯੂਰਪ ਵਿੱਚ ਆਉਣਾ ਜਾਣਾ ਰਹਿੰਦਾ ਹੈ। ਸੋ ਇਹ ਜੀ ਨੇ ਸਵਾਲ ਕੀਤਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਯਾਤਰਾਵਾਂ ਨੇ, ਜਿਵੇਂ ਹੁਣ ਪਿੱਛੇ 30 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਜਿਵੇਂ ਹੁਣ ਇਟਲੀ ਵਿੱਚ ਵਸਣ ਵਾਲੇ ਸਿੱਖ ਨੇ ਉਹਨਾਂ ਨੇ ਉੱਥੋਂ ਦੇ ਪੌਪ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਐਵੀਡੈਂਸ ਦਿੱਤੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਰੋਮ ਆਏ ਸਨ, ਔਰ ਜਿਹੜੀ ਹਿਸਟਰੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਮਾਰ ਕੇ ਰਸ਼ੀਆ ਵੀ ਜਾ ਕੇ ਆਏ ਨੇ, ਮੈਂ ਤਨਜਾਨੀਆ ਗਿਆ ਸੀਗਾ, ਉੱਥੇ ਮੈਂ ਗੁਰਦੁਆਰਾ ਸਾਹਿਬ ਦੇ ਅੰਦਰੋਂ ਮੈਪ ਲੱਗਿਆ ਵੀ ਬਕਾਇਦਾ ਦੇਖਿਆ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀਆਂ ਆਊਟ ਆਫ ਇੰਡੀਆ ਜਿੰਨੀਆਂ ਵੀ ਯਾਤਰਾਵਾਂ ਕੀਤੀਆਂ ਹਨ, ਜਿੱਥੇ ਮਾਨਵ ਤਸਕਰੀ ਹੁੰਦੀ ਸੀਗੀ, ਲੋਕਾਂ ਨੂੰ ਵੇਚਿਆ ਖਰੀਦਿਆ ਜਾਂਦਾ ਸੀਗਾ, ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਰੋਕਣ ਦੇ ਲਈ ਯੂਰਪ ਦੇ ਪੌਪ ਨਾਲ ਉੱਥੋਂ ਦੀ ਇਟਾਲੀਅਨ ਭਾਸ਼ਾ 'ਚ ਗੱਲ ਕੀਤੀ ਹੈ। ਔਰ ਦੂਸਰੀ ਗੱਲ ਇਹ ਹੈ ਵੀ ਅੱਜ ਗੂਗਲ ਹੈ, ਵਰਲਡ ਮੈਪ ਹੈ ਔਰ ਟਰਾਂਸਲੇਸ਼ਨ ਹੈ, ਲੇਕਿਨ ਉਸ ਸਮੇਂ 'ਤੇ ਕੁਛ ਨਹੀਂ ਸੀ ਹੁੰਦਾ, ਕੋਈ ਟਰਾਂਸਲੇਸ਼ਨ ਨਹੀਂ ਸੀਗਾ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਹਨਾਂ ਨਾਲ ਗੁਰਮੁਖੀ ਤਾਂ ਉਹਨਾਂ ਨੂੰ ਆਉਂਦੀ ਨਹੀਂ ਹੋਈ ਜਾਂ ਉਹਨਾਂ ਨੂੰ ਪੰਜਾਬੀ ਆਉਂਦੀ ਗਈ। ਅਤੇ ਦੇਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਹਨਾਂ ਦੀ ਭਾਸ਼ਾ ਵਿੱਚ ਗੱਲ ਕੀਤੀ ਹੈ, ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹ 19 ਭਾਸ਼ਾਵਾਂ ਦੇ ਅੰਦਰ ਹੈ, ਲਿਪੀ ਪੰਜਾਬੀ ਹੈ ਲੇਕਿਨ ਭਾਸ਼ਾਵਾਂ 19 ਹਨ। ਗੁਰੂ ਨਾਨਕ ਸਾਹਿਬ ਜੀ ਹਰ ਇੱਕ ਭਾਸ਼ਾ ਜਾਣਦੇ, ਮਹਾਰਾਜ ਜੀ ਨੇ ਮਾਨਵਤਾ ਦੀ ਇਨਸਾਨੀਅਤ ਦੀ ਗੱਲ ਕੀਤੀ ਹੈ, ਨਾ ਕਿ ਮਜ਼ਹਬ ਦੀ ਗੱਲ ਕੀਤੀ ਹੈ। ਸੈਕੂਲਰਿਜ਼ਮ ਦੀ ਗੱਲ ਗੁਰੂ ਨਾਨਕ ਨੇ ਕੀਤੀ ਹੈ, ਧਰਮ ਨਿਰਪੱਖਤਾ ਦੀ ਗੱਲ ਕੀਤੀ, ਔਰ ਸਿੱਖ ਗੁਰਮਤੀ ਵੀ ਜਿਹੜੀ ਹੈ ਉਹ ਸੈਕੂਲਰਿਜ਼ਮ ਦੀ ਹੀ ਗੱਲ ਕਰਦੀ ਹੈ ਔਰ ਧਰਮ ਨਿਰਪੱਖਤਾ ਦੀ ਗੱਲ ਕਰਦੀ ਹੈ। ਔਰ ਗੁਰੂ ਨਾਨਕ ਸਾਹਿਬ ਜੀ ਮੰਦਰ ਗਏ, ਅਗਰ ਗੁਰੂ ਨਾਨਕ ਸਾਹਿਬ ਜੀ ਇੱਕ ਪਰਟੀਕੁਲਰ ਧਰਮ ਦੀ ਗੱਲ ਕਰਦੇ ਤਾਂ ਮੰਦਰ ਨਾ ਜਾਂਦੇ, ਔਰ ਅਗਰ ਗੁਰੂ ਨਾਨਕ ਸਾਹਿਬ ਜੀ ਇੱਕ ਪਰਟੀਕੁਲਰ ਧਰਮ ਦੀ ਗੱਲ ਕਰਦੇ ਤਾਂ ਮਸਜਿਦ ਵਿੱਚ ਕਾਜ਼ੀ ਨਾਲ ਨਮਾਜ਼ ਅਦਾ ਕਰਨ ਲਈ ਨਹੀਂ ਜਾਂਦੇ, ਅਤੇ ਚਰਚ ਵਿੱਚ ਵੀ ਉਹ ਗਏ ਹਨ। ਉਹ ਗੁਰੂ ਨਾਨਕ ਸਾਹਿਬ ਜੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਗਏ ਸਨ, ਔਰ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਧਰਮ ਦੇ ਨਾਮ 'ਤੇ ਜੋ ਠੱਗੀ ਕਰਦੇ ਹੋ ਇਹ ਇਸ ਨੂੰ ਬੰਦ ਕੀਤਾ ਜਾਵੇ ਔਰ ਲੋਕਾਂ ਨੂੰ ਜਿਹੜਾ ਹੈ ਉਹ ਸੱਚ ਦਾ ਪੈਗਾਮ ਦਿੱਤਾ ਜਾਵੇ। ਔਰ ਗੁਰੂ ਨਾਨਕ ਸਾਹਿਬ ਜੀ ਨੇ
ਇਹ ਪੈਗਾਮ ਜਿਹੜਾ ਹੈ ਦੁਨੀਆਂ ਨੂੰ ਹਰ ਕੋਨੇ ਜਾ ਰਿਹਾ, ਜਿਵੇਂ ਜਿਵੇਂ ਦੁਨੀਆਂ ਦੀ ਸਰਚ ਹੁੰਦੀ ਜਾਂਦੀ। ਸਾਡੀ ਬਦਕਿਸਮਤੀ ਹੈ ਕਿ ਸਾਡੇ ਕੋਲ ਅੱਛੇ ਜਿਹੜੇ ਜਰਨਲਿਸਟ ਨਹੀਂ ਹੈ, ਅੱਛੇ ਜੋ ਖੋਜ ਕਰ ਸਕੇ, ਕਿਉਂਕਿ ਖੋਜ ਜਰਨਲਿਸਟ ਨੇ ਕਰਨੀ ਹੈ। ਬਿਲਕੁਲ। ਔਰ ਅੱਛੇ ਸਾਡੇ ਕੋਲ ਰਾਈਟਰ ਨਹੀਂ ਹਨ, ਕੌਮ ਦੀ ਤਰਾਸਦੀ ਹੈ। ਔਰ ਬਹੁਤੇ ਤੁਸੀਂ ਦੇਖਿਆ ਹੋਏਗਾ ਮਹਿੰਦਰ ਸਿੰਘ ਜੀ ਵੀ, ਅੱਜ ਤੋਂ 20 ਸਾਲ ਪਿੱਛੇ ਚਲੇ ਜਾਈਏ ਤੇ ਸਾਡੇ ਰਾਈਟਰ ਕਵਿਤਾਵਾਂ ਲਿਖਦੇ ਸਨ ਧਾਰਮਿਕ, ਜਿਸ ਜੋਸ਼ ਆਉਂਦਾ ਸੀ। ਬਿਲਕੁਲ। ਔਰ ਸਾਡੀ ਕਮਿਊਨਿਟੀ ਨੇ ਉਹਨਾਂ ਦੀ ਕਦਰ ਨਾ ਪਾਉਣ ਕਰਕੇ ਉਹਨਾਂ ਨੇ ਗਾਣੇ ਲਿਖਣੇ ਸ਼ੁਰੂ ਕੀਤੇ ਨੇ। ਔਰ ਅੱਜ ਦਾ ਗਾਣਾ 1-1 ਕਰੋੜ 'ਚ ਵਿਕ ਰਿਹਾ ਤੇ ਕਵਿਤਾ ਜਿਹੜੀ ਹੈਗੀ ਉਹਨੂੰ ਕੋਈ ਖਰੀਦਣ ਲਈ ਤਿਆਰ। ਉਹ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਰਾਈਟਰਾਂ ਦੀ ਔਰ ਸਾਨੂੰ ਰਾਈਟਰ ਔਰ ਜਰਨਲਿਸਟ ਅੱਗੇ ਲੈ ਕੇ ਆਉਣ ਦੀ ਬਹੁਤ ਜ਼ਰੂਰਤ ਹੈ। ਜੀ।